ਅੱਜ ਆਉਣ ਵਾਲੀ ਪੰਜਾਬੀ ਫਿਲਮ ਪੰਜਾਬ ਸਿੰਘ ਦੀ ਟੀਮ ਪ੍ਰਮੋਸ਼ਨ ਲਈ ਗੁਰੂ ਨਗਰੀ ਵਿਖੇ ਪਹੁੰਚੀ। ਇਸ ਦੌਰਾਨ ਗੱਲਬਾਤ ਕਰਦਿਆਂ ਤੇਜੀ ਸੰਧੂ ਨੇ ਜਿੱਥੇ ਆਪਣੇ ਰੋਲ ਬਾਰੇ ਜਾਣਕਾਰੀ ਦਿੱਤੀ, ਉੱਥੇ ਹੀ ਫਿਲਮ ਬਾਰੇ ਦੱਸਦਿਆਂ ਅਭਿਨੇਤਾ ਗੁਰਜਿੰਦ ਮਾਨ ਨੇ ਆਖਿਆ ਕਿ ਇਹ ਫਿਲਮ 1960 ਤੋਂ 1980 ਦੇ ਪੰਜਾਬ ਦੇ ਦੌਰ ਨੂੰ ਦਰਸਾਉਂਦੀ ਹੈ ਅਤੇ ਇਸ ਫਿਲਮ ਵਿੱਚ ਲੋਕਾਂ ਨੂੰ ਚੰਗਾ ਸੁਨੇਹਾ ਦੇਣ ਦੀ ਕੋਸ਼ਿਸ਼ ਕੀਤੀ ਗਈ ਹੈ। ਸਤਿ ਸ਼੍ਰੀ ਅਕਾਲ ਜੀ, ਮੈਂ ਤੇਜੀ ਸੰਧੂ newsnumber.com ਤੋਂ ਗੱਲ ਕਰ ਰਹੀ ਹਾਂ ਜੀ। ਪੰਜਾਬ ਸਿੰਘ ਫਿਲਮ ਰਿਲੀਜ਼ ਹੋ ਰਹੀ ਹੈ 19 ਜਨਵਰੀ ਨੂੰ, ਜਿਹਦੇ ਵਿੱਚ ਮੈਂ ਆ ਰਹੀ ਹਾਂ ਰੂਪਵਤੀ ਦੇ ਕਰੈਕਟਰ 'ਚ। ਇੱਕ ਪਹਿਲੀ ਸ਼ਹਿਰੀ ਪੀਰੀਅਡ ਫਿਲਮ ਹੈ ਜੋ 1980 ਦੇ ਦਹਾਕੇ 'ਚ ਬਣਾਈ ਗਈ ਹੈ ਔਰ ਉਸ ਤਰ੍ਹਾਂ ਦੇ ਸਿਸਟਮ ਦੇ ਖਿਲਾਫ਼, ਜਿਸ ਤਰ੍ਹਾਂ ਉੱਥੇ ਗੈਂਗਸਟਰ ਸੀ, ਕੀ ਸੀ ਸਿਸਟਮ, ਸਾਰਾ ਉਹਦੇ 'ਤੇ ਫਿਲਮ ਹੈ ਔਰ ਇੱਕ ਬਹੁਤ ਹੀ ਅੱਛੀ ਮੈਸੇਜੇਬਲ ਫਿਲਮ ਆ। ਤੁਸੀਂ ਫੈਮਲੀਆਂ ਨਾਲ ਜਾ ਕੇ ਦੇਖ ਸਕਦੇ ਹੋ ਅਤੇ ਤੁਸੀਂ 19 ਜਨਵਰੀ ਨੂੰ ਸਿਨੇਮਾ ਘਰਾਂ ਵਿੱਚ ਪਹੁੰਚਣਾ ਵਿਦ ਫੈਮਲੀ ਅਤੇ ਪੰਜਾਬ ਸਿੰਘ ਨੂੰ ਵੇਖਣਾ ਅਤੇ ਮੈਨੂੰ ਖਾਸ ਕਰਕੇ ਰੂਪਵਤੀ ਨੂੰ ਵੀ ਵਾਚ ਕਰਨਾ। ਥੈਂਕ ਯੂ। ਕੀ ਰੋਲ ਹੈ ਜਿਹੜਾ ਕਿ ਤੁਸੀਂ ਮੈਸੇਜ ਉਸ ਰੋਲ 'ਤੇ ਦੇਣਾ ਚਾਹੁੰਦੇ? ਮੈਸੇਜ ਜੀ, ਦੇਖੋ ਅੱਜ ਕੱਲ੍ਹ ਸਾਡੀਆਂ ਲੇਡੀਜ਼ ਜਾਂ ਕੁੜੀਆਂ ਭਟਕ ਜਾਂਦੀਆਂ ਨੇ, ਭਟਕ ਕੇ ਉਹ ਇਹੋ ਜਿਹੇ ਕੁਛ ਗਲਤ ਕੰਮ ਕਰਦੀਆਂ ਨੇ ਜਿਹੜੇ ਕਿ ਸਾਡੇ ਪਰਿਵਾਰਾਂ ਨੂੰ ਜਾਂ ਸਾਡੇ ਰਿਲੇਸ਼ਨਸ਼ਿਪਸ ਨੂੰ ਪਤਾ ਹੀ ਨਹੀਂ ਹੁੰਦੇ ਅਤੇ ਅਸੀਂ ਮਤਲਬ ਇੱਕ ਇਸ ਤਰ੍ਹਾਂ ਦੀ ਜਿਸਮਾਨੀ ਜਿਹੜੀ ਵਪਾਰ ਹੈ ਉਹਦੇ ਖਿਲਾਫ਼ ਮੈਂ ਮਤਲਬ ਜਿਹੜਾ ਮੈਸੇਜ ਦਊਂਗੀ ਇਸ ਫਿਲਮ 'ਚ ਕਿ ਉਹਦਾ ਅੰਤ ਕੀ ਹੁੰਦਾ, ਕਿ ਜ਼ਰੂਰੀ ਨਹੀਂ ਹੁੰਦਾ ਕਿ ਜਿਸਮਾਨੀ ਤਾਲੁਕਾਤ ਜਾਂ ਜਿਸਮ ਨੂੰ ਵੇਚ ਕੇ ਹੀ ਪੈਸਾ ਕਮਾਇਆ ਜਾ ਸਕਦਾ। ਪੈਸਾ ਕਮਾਉਣ ਦੇ ਹੋਰ ਵੀ ਬਹੁਤ ਸਾਧਨ ਹੁੰਦੇ ਆ ਅਤੇ ਇਸੇ ਤਰ੍ਹਾਂ ਦਾ ਮੇਰਾ ਕਿਰਦਾਰ ਹੈ ਇਹਦੇ ਵਿੱਚ, ਕੋਠੇ ਵਾਲੀ ਰੂਪਵਤੀ ਦਾ। ਸਤਿ ਸ਼੍ਰੀ ਅਕਾਲ ਜੀ, ਮੇਰਾ ਨਾਮ ਗੁਰਜਿੰਦ ਮਾਨ ਹੈ ਔਰ ਮੇਰੀ ਫਿਲਮ ਆ ਰਹੀ ਹੈ 19 ਤਰੀਕ ਨੂੰ ਪੰਜਾਬ ਸਿੰਘ। ਬਹੁਤ ਹੀ ਜ਼ਬਰਦਸਤ ਫਿਲਮ ਹੈ, ਫਸਟ ਸ਼ਹਿਰੀ ਪੀਰੀਅਡ ਫਿਲਮ ਹੈ। ਬੈਲ ਬਾਟਮ ਪੈਂਟਾਂ, ਕੰਟੈਸਾ ਗੱਡੀਆਂ, ਸ਼ਹਿਰ ਦਾ ਪੀਰੀਅਡ ਦਿਖਾਇਆ ਗਿਆ। 1980 ਤੋਂ 1960 ਦੇ 2 ਪੀਰੀਅਡ ਦਿਖਾਏ ਗਏ ਆ ਔਰ ਮਿਊਜ਼ੀਕਲ ਡਰਾਮਾ ਹੈ, ਬਹੁਤ ਹੈਵੀ ਮਿਊਜ਼ਿਕ ਹੈ। ਬਹੁਤ ਅੱਛੇ ਸਿੰਗਰ ਨੇ, ਗੁਰਦਾਸ ਮਾਨ ਸਾਹਿਬ, ਨੂਰਾ ਸਿਸਟਰ, ਨਛੱਤਰ ਗਿੱਲ, ਕਮਲ ਖਾਨ, ਸਾਰਥੀ ਕੇ, ਨਿੰਜਾ, ਰਣਜੀਤ ਬਾਵਾ। ਔਰ ਮੈਂ ਚਾਹੁੰਦਾ 19 ਤਰੀਕ ਨੂੰ ਜਾ ਕੇ ਤੁਸੀਂ ਫਿਲਮ ਨੂੰ ਸਪੋਰਟ ਕਰੋ ਔਰ ਨਵੇਂ ਕਲਾਕਾਰਾਂ ਲਈ ਰਾਹ ਖੋਲੋ। ਥੈਂਕ ਯੂ ਸੋ ਮਚ।